डेमोक्रेटिक टीचर फ्रंट वालों भी अज मजदूर दिहाड़ा बठिंडा के टीचरों विखे मनाया गया। इनकलाब जिंदाबाद, किरती लोकां दा एक जिंदाबाद, जिंदाबाद जिंदाबाद। सिक्ख्या ते सेहत दा निजीकरण बंद करो, बंद करो, बंद करो। सिक्ख्या ते सेहत दा निजीकरण बंद करो, बंद करो, बंद करो। सत्तर हाकम चाल चलाउंदे, लोकां दे विच वंडियां पाउंदे। सत्तर हाकम चाल। मंत्री मजदूर दिहाड़ा अध्यापकां दी सरमोर जथेबंदी डेमोक्रेटिक टीचर फ्रंट पंजाब दे सद्दे उत्ते पंजाब दे वख-वख जिलों दे विच मनाया जा रहा हैगा। करोना वायरस होने कारण मजदूर दिवस वड्डे पद्धर ते वड्डे इकट्ठां दे रूप दे विच नहीं मनाया जा सकिया, परंतु जथेबंदी ने फैसला किया कि करोना वायरस नाल संबंधित सारे नियमों की पालना करदिआं होइआं ਜ਼ਿਲ੍ਹੇ ਪੱਧਰ 'ਤੇ ਅਤੇ ਬਲਾਕਾ ਪੱਧਰ 'ਤੇ ਪੂਰੇ ਪੰਜਾਬ ਦੇ ਵਿੱਚ ਮਨਾਇਆ ਜਾਊਗਾ। ਉਸੇ ਕੜੀ ਵਿੱਚੋਂ ਅੱਜ ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਰੇਸ਼ਮ ਸਿੰਘ ਦੀ ਅਗਵਾਈ ਦੇ ਵਿੱਚ ਜ਼ਿਲ੍ਹਾ ਬਠਿੰਡਾ ਦੇ ਅਧਿਆਪਕਾਂ ਨੇ ਅੱਜ ਮਈ ਦਿਹਾੜਾ ਮਨਾਇਆ। ਮੰਤਰੀ ਮਜ਼ਦੂਰ ਦਿਵਸ 'ਤੇ ਇਹ ਗੱਲ ਬਿਲਕੁਲ ਸਪਸ਼ਟ ਹੋ ਰਹੀ ਆ ਕਿ ਜਿਹੜੇ ਮਜ਼ਦੂਰਾਂ ਨੇ ਉਸ ਸਮੇਂ ਲੋਕਾਂ ਦੇ ਕਿਰਤੀ ਲੋਕਾਂ ਦੇ ਦੁੱਖਾਂ ਦਰਦਾਂ ਦੀ ਖਾਤਰ ਵੱਡੀਆਂ ਕੁਰਬਾਨੀਆਂ ਦਿੱਤੀਆਂ ਸੀ, ਉਹ ਸੰਕਟ ਅੱਜ ਵੀ ਮਜ਼ਦੂਰਾਂ 'ਤੇ ਉਵੇਂ ਖੜ੍ਹੇ ਆ। ਹਿੰਦੁਸਤਾਨ ਔਰ ਪੂਰੇ ਮੁਲਕ ਦੀਆਂ ਪੂਰੇ ਦੇਸ਼ੀ ਵਿਦੇਸ਼ੀ ਸਰਕਾਰਾਂ ਅੱਜ ਵੀ ਕਾਰਪੋਰੇਟ ਘਰਾਣਿਆਂ ਦੀ ਪਿੱਠ 'ਤੇ ਆ। ਇਸ ਕਰੋਨਾ ਦੇ ਸੰਕਟ ਦੇ ਸਮੇਂ ਵੀ ਜਿਹੜੇ ਨਿੱਜੀਕਰਨ ਦੀਆਂ ਨੀਤੀਆਂ ਦੀ ਇਹ ਗੁਣ ਗਾਉਂਦੇ ਰਹੇ, ਉਹ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਬਣੇ ਮਹਿਲਨੁਮਾ ਹਸਪਤਾਲ ਲੋਕਾਂ ਦੀ ਬਾਂਹ ਫੜਨ ਤੋਂ ਮੁਨਕਰ ਹੋ ਗਏ ਸੰਕਟ ਸਮੇਂ। ਉਹ ਸਰਕਾਰੀ ਨਾਮ ਨਿਹਾਦ ਸਿਸਟਮ ਹੀ ਮਾੜਾ ਮੋਟਾ ਲੋਕਾਂ ਨੂੰ ਰਾਹਤ ਦੇ ਰਿਹਾ ਹੈ। ਉਹ ਦੂਜੇ ਪਾਸੇ ਇਸ ਕਰੋਨਾ ਸੰਕਟ ਦੇ ਕਾਰਨ ਜਿਹੜਾ ਆਰਥਿਕ ਸੰਕਟ ਉਹ ਵੀ ਲੱਦਿਆ ਜਾਣਾ, ਉਹ ਵੀ ਇੱਥੋਂ ਦੇ ਕਿਰਤੀ ਲੋਕਾਂ 'ਤੇ ਲੱਦਿਆ ਜਾਣਾ। ਕਾਰਪੋਰੇਟ ਘਰਾਣਿਆਂ ਨੂੰ ਵੱਡੀਆਂ ਛੋਟਾਂ ਅਜੇ ਵੀ ਉਵੇਂ ਤਾਂ ਜਾਰੀ ਹੈ। ਪਰਸੋਂ 'ਚੌਥੇ ਦੇ ਅਖਬਾਰਾਂ ਦੇ ਲਗਾਤਾਰ ਰਿਪੋਰਟਾਂ ਆ ਰਹੀਆਂ ਕਿ ਹਿੰਦੁਸਤਾਨ ਦੀ ਮੋਦੀ ਸਰਕਾਰ ਨੇ ਸਤੰਬਰ 2019 ਦੇ ਵਿੱਚ ਉਹਨਾਂ ਲਟੇਰਿਆਂ ਦੇ ਹੀ ਵੱਡੇ ਕਰਜ਼ੇ ਮਾਫ਼ ਕੀਤੇ ਨੇ। ਜਿਹੜਾ ਮਹਿਲ ਚੌਕਸੀ ਆ 5,000 ਕਰੋੜ ਰੁਪਏ ਦਾ ਕਰਜ਼ਾ ਉਹਦਾ ਮਾਫ਼ ਕੀਤਾ, ਨੀਰਵ ਮੋਦੀ ਦਾ ਮਾਫ਼ ਕੀਤਾ, ਵਿਜੇ ਮਾਲੀਆ ਜਿਹੜਾ ਪਕੌੜਾ ਉਹਦਾ ਮਾਫ਼ ਕੀਤਾ। ਇਸ ਲਈ ਅਸੀਂ ਅੱਜ ਕੌਮਾਂਤਰੀ ਮਜ਼ਦੂਰ ਦਿਹਾੜੇ ਦੇ ਮੌਕੇ ਇਹ ਗੱਲ ਸਪਸ਼ਟ ਕਰਨੀ ਚਾਹੁੰਦੇ ਹਾਂ ਕਿ ਮਜ਼ਦੂਰਾਂ ਅਤੇ ਇੱਥੋਂ ਦੇ ਹਿੰਦੁਸਤਾਨ ਦੇ ਕਿਰਤੀ ਲੋਕਾਂ ਦੀਆਂ ਮੁਸ਼ਕਲਾਂ ਉਵੇਂ ਦੀਆਂ ਉਵੇਂ ਖੜ੍ਹੀਆਂ, ਇਹਨਾਂ ਨੂੰ ਅਸੀਂ ਰਲ ਕੇ ਹੀ ਸੰਕਟ 'ਚੋਂ ਨਿਕਲ ਸਕਦੇ ਹਾਂ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।